फाजिलका के गांव घुबाया की ढाणी अमीर सिंह में एक 30 वर्षीय नौजवान की बिजली का करंट लगने से मौत हुई। यहां खेतों में लगे बिजली के खंभे पर तारों की रिपेयर करते वक्त अचानक तारों में बिजली का करंट आ जाने से युवक की मौके पर ही मौत हो गई। जहां मृतक नौजवान की लाश को लेकर चौकी घुबाया की पुलिस द्वारा फाजिलका सिविल अस्पताल से पोस्टमार्टम करवाया गया है और पुलिस द्वारा फिलहाल अधीन धारा 174 के तहत कार्रवाई की गई है। जहां इस घटना संबंधी बात करते हुए मृतक नौजवान के रिश्तेदारों और गांव के सरपंच ने बताया कि मलूक सिंह, जो कि पिछले 10 सालों से बिजली कर्मचारियों के साथ कच्चे तौर पर दिहाड़ी पर काम करता था और आज भी बिजली कर्मचारी उसको साथ लेकर गए थे और वह आज बाकायदा घुबाया फीडर पर बैठे कर्मचारियों से परमिट लेकर टालीवाला रोड पर खेतों में लगे बिजली के खंभे का जैम्पर लगाकर बिजली ठीक कर रहा था तो अचानक तारों में करंट आ जाने से उसकी मृत्यु हो गई। उन्होंने कहा कि ये बिजली विभाग के कर्मचारियों की लापरवाही के कारण तारों में करंट छोड़ा गया, जबकि फीडर से परमिट लेकर ही बिजली की रिपेयर का काम किया जा रहा है। वहीं इस संबंध में अस्पताल में मृतक का पोस्टमार्टम करवाने आए जांच अधिकारी से बात की तो उन्होंने कहा कि फिलहाल उनके द्वारा मृतक के पारिवारिक सदस्यों के बयानों के आधार पर धारा 174 के तहत कार्रवाई की जा रही है। फाजिलका से जाटीवी न्यूज के लिए कैमरामैन सुरेंद्र के साथ रंजीत सिंह की रिपोर्ट। ਇਹਦੀ ਮੌਤ ਦੇ ਪਿੱਛੇ ਜੀ ਕੁਛ ਤਾਂ ਸਾਨੂੰ ਲੱਗਦਾ ਵੀ ਕੋਈ ਲਾਪਰਵਾਹੀ ਹੋਈ ਹੈ, ਵੀ ਲਾਈਟ ਕੱਟੀ ਗਈ ਹੈ, ਪਰਮਿਟ ਜਿਵੇਂ ਸੁਣਿਆ ਵੀ ਲਿਆ ਗਿਆ ਅਤੇ ਐਕਚੁਅਲ ਪਰਮਿਟ ਨਹੀਂ ਲਿਆ ਗਿਆ ਅਤੇ ਤਾਂ ਗ੍ਰਿਡ ਤੋਂ ਗਲਤੀ ਹੋਈ ਹੈ, ਕੰਮ ਛੱਡਿਆ ਗਿਆ। ਇਹ ਜੀ ਲਾਪਰਵਾਹੀ ਅੱਗੇ ਤੋਂ ਨਹੀ�ਂ ਹੋਣੀ ਚਾਹੀਦੀ। ਕਦੋਂ ਤੋਂ ਕੰਮ ਕਰਦਾ ਸੀ, ਕਿਹਦੇ ਨਾਲ ਜਾਂਦਾ ਸੀ? ਇਹ ਬਿਜਲੀ ਮੁਲਾਜ਼ਮ ਕਈ ਵਾਰੀ ਪਿੱਛੇ 3-4 ਸਾਲ ਤੋਂ ਕੰਮ ਕਰ ਰਿਹਾ, ਮਹਿਕਮੇ ਨੇ ਵੀ ਇਹਨੂੰ ਡੇਲੀ ਵੇਜ ਬੇਸ 'ਤੇ ਕਈ ਵਾਰੀ ਰੱਖਿਆ ਹੈ ਠੇਕੇ 'ਤੇ, ਅਤੇ ਇਸ ਵਾਰੀ ਅਜੇ ਰੱਖਣਾ ਸੀ ਅਤੇ ਕੰਮ ਤਾਂ ਪੁਰਾਣਾ ਕਰਦਾ, ਅੱਜ ਪਹਿਲੀ ਵਾਰ ਨਹੀਂ ਗਿਆ, ਪਰ ਪਤਾ ਨਹੀਂ ਹੁਣ ਮਾਲਕ ਜਾਣਦਾ ਕਿਵੇਂ ਧੋਖਾ ਹੋ ਗਿਆ ਇਹਦੇ ਨਾਲ। ਸਰਕਾਰ ਤੋਂ ਜੋ ਬਣਦੀ ਸੂਤ ਮਾਰਕੀਟ ਕਮੇਟੀ ਵੱਲੋਂ ਜਾਂ ਜੋ ਵੀ ਉਹਦੇ ਬੱਚਿਆਂ ਨੂੰ ਸਹਾਇਤਾ ਉਹਦੀ ਦਿੱਤੀ ਜਾਵੇ, ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ। ਕਿੰਨੀ ਗਲਤੀ ਸਮਝਦੇ ਜੀ ਇਹਦੀ ਮੌਤ ਦੇ ਪਿੱਛੇ? ਇਹਦੇ ਵਿੱਚ ਜੀ ਗਲਤੀ ਤਾਂ ਕੁਛ ਜਿਹੜੇ ਬਿਜਲੀ ਵਾਲੇ ਮੁਲਾਜ਼ਮ ਆ ਉਹਨਾਂ ਦੀ ਆ ਕਿ ਲਾਈਟ ਕੱਟੀ ਨਹੀਂ ਜਾਂ ਕੱਟੀ ਸੀ ਬਾਅਦ 'ਚੋਂ ਵਿੱਚੋਂ ਛੱਡ ਦਿੱਤੀ, ਬਸ ਵਿੱਚ ਕਿਤੇ ਮਤਲਬ ਸਹੀ ਇਹਨਾਂ ਪਰਮਿਟ ਨਹੀਂ ਲਿਆ ਜਾਂ ਕਿਸ ਤਰ੍ਹਾਂ ਨਾਲ ਦੀ ਗਲਤੀ ਨਾ ਦੀ ਉਹਨਾਂ ਦੀ ਕਰਨ। ਠੀਕ ਹੈ। ਕਹਿੰਦੇ ਕਿਹੜੇ ਪਿੰਡ ਕੰਮ ਕਰ ਰਹੇ ਸੀ ਅਤੇ ਕਿਹੜੇ ਖੇਤ? ਗਭਾਏ ਦੇ ਲਾਗੇ ਟਾਹਲੀ ਵਾਲਾ ਰੋਡ ਹੈ ਨਿਕਲਦਾ, ਸੜਕ ਨਿਕਲਦੀ, ਉੱਥੇ ਕੰਮ ਕਰ ਰਹੇ ਸੀ। ਬੜੀ ਛੋਟੇ ਜ਼ਿਮੀਂਦਾਰ ਆਪਦੀ ਮੋਟਰ ਦਾ ਕੋਈ ਸੁੱਚ ਵਗੈਰਾ ਲਾਉਣ ਕਰਕੇ ਅਚਨਚੇ ਤੋਂ ਬਿਜਲੀ ਦੇ ਕਰੰਟ ਆ ਗਿਆ ਅਤੇ ਕਰੰਟ ਲੱਗਣ ਕਰਕੇ ਮੌਤ ਹੋ ਗਈ। ਨੌਜਵਾਨ ਹੈ, ਛੋਟੇ ਛੋਟੇ ਬੱਚੇ ਆ, ਬਹੁਤ ਮਾੜਾ ਅਤੇ ਇਹਨਾਂ ਨੂੰ ਬਹੁਤ ਜ਼ਰੂਰਤ, ਕੁਛ ਕਰ ਨਹੀਂ ਸਕਦੇ, ਕੋਈ ਵੀ ਨਹੀਂ ਕੁਛ ਕਰ ਸਕਦਾ। ਜੋ ਸਰਕਾਰ ਇਹਨਾਂ ਦੇ ਨਾਲ ਹੋਇਆ ਉਹ ਸਰਕਾਰ ਵੱਲੋਂ ਜੋ ਕੁਛ ਹੈਗਾ ਐਗਰੀਕਲਚਰ ਡਿਪਾਰਟਮੈਂਟ ਜਾਂ ਬਿਜਲੀ ਬੋਰਡ ਦਾ ਇਹਦੇ ਵਿੱਚ ਕੁਛ ਜੋ ਵੀ ਹੋਊਗਾ ਉਹ ਮੁਆਵਜ਼ਾ ਜਿਹੜਾ ਹੁੰਦਾ ਅਸੀਂ ਲੈ ਕੇ ਦਿਆਂਗੇ। ਪੁਲਿਸ ਨੂੰ ਕੀ ਬਿਆਨ ਦਿੱਤਾ? ਕਰੰਟ ਲੱਗਣ